क्योंकि अबू जी हुण खेत खूत च मंडी भी जांदे आ फिर कल्ली हुंदी आ पिछे तां चलो इहनूं किवें इहदे नीचे किवें चलिया जांदे ने आह आ सारे पॉलीथीन च आ इह तां सरिये लगे हुए ਸਰੀਆਂ ਦੇ ਉੱਪਰ ਦੀ ਇਹਨੂੰ ਘੜਾਉਣਾ ਪੈਂਦਾ ਹੁਣ ਤਾਂ ਇਹ ਹਵਾ ਦੇ ਨਾਲ ਨੀਚੇ ਡਿੱਗਿਆ ਮਿੱਟੀ ਨਾਲ ਆਲੇ ਦਾਲੇ ਮਿੱਟੀ ਨਾਲ ਦੱਬ ਜਾਂਦਾ ਸਰੀਆ ਵੀ ਮਿੱਟੀ 'ਚ ਹਾਂ ਮਿੱਟੀ 'ਚ ਗੋਲ ਸਰੀਆ ਹੈ ਗੋਲ ਬਣ ਜਾਂਦਾ ਹੁੰਦਾ ਤਾਂ ਇਹ ਸਿੱਧਾ ਹੈ ਮਤਲਬ ਜਦੋਂ ਇਹਨੂੰ ਇੱਦਾਂ ਗੋਲ ਕਰਦੇ ਆ ਫਿਰ ਉਹ ਬਣ ਜਾਂਦਾ ਕੁਛ ਨਹੀਂ ਲੱਗਦਾ ਜਾ ਕੁਛ ਕਰੰਟ ਕਰੰਟ ਤਾਂ ਨਹੀਂ ਆ ਨਹੀਂ ਹੈ ਨਹੀਂ ਕਰੰਟ ਕਿੱਥੇ ਨੇ ਪਿਆਜ਼ ਆਪਾਂ ਗੱਲ ਨਹੀਂ ਛੋਟਾ ਹੀ ਆ ਉਹ ਬੜਾ ਛੋਟਾ ਉਹ ਦੇ ਉਹਦੇ ਨਾਲ ਦਾ ਇੱਕ ਵੱਡਾ ਅੱਗੇ ਗਿੱਲੇ ਚ ਵੜ ਗਈ ਮੈਨੂੰ ਵੱਡਾ ਲੱਗ ਰਿਹਾ ਨਹੀਂ ਆਹ ਲੱਗਦਾ ਮੈਨੂੰ ਵੱਡਾ ਪਾਣੀ ਆ ਮੈਨੂੰ ਬਚਾਉਂਦੀ ਬਚਾਉਂਦੀ ਆ ਪੀ ਜਾਂਦੀ ਚਲੋ ਵੇਲਾਂ ਕਾਹਦੀਆਂ ਨੇ ਇਹ ਖਰਬੂਜੇ ਲੱਗੇ ਨੇ ਕਿੱਥੇ ਲੱਗੇ ਹੋਏ ਨੇ ਮਤਲਬ ਹਜੇ ਕਿਤੇ ਤਾਂ ਹੈ ਨੀ ਹਜੇ ਵੇਲਾਂ ਨੇ ਫਿਰ ਹਾਂ ਉਹ ਦੇਖ ਫੁੱਲ ਲੱਗੇ ਹੋਏ ਆਂਵਲਾ ਪੱਟਾ ਇਹ ਤਾਂ ਜਨੂੰ ਸਟ ਬੋਈ ਨੇ ਜਨੂੰ ਇੱਥੇ ਬੱਸ ਵੀ ਆਉਂਦੀ ਉਹ ਦੇਖ ਕਿੱਥੇ ਬੱਸ ਲੈ ਲੈ ਤਿੰਨ ਪਿਆਜ਼ ਬਹੁਤ ਆ ਮੈਗੀ ਲਈ ਕਿਹੜਾ ਹੁਣ ਜ਼ਿਆਦਾ ਹੋਰ ਕੀ ਕਰਨੇ ਆ ਸਾਰੇ ਜੁੱਤੀਆਂ ਖਰਾਬ ਕਰ ਲਈਆਂ ਮੈਂ ਪਾਣੀ ਉਹ ਪਾ ਕੇ ਨਹੀਂ ਸਵਾਇਆ ਵਧੀਆ ਕੀਤਾ मोटे चक के रख ले फील ले रहा मैं फार्मर वाली प्रॉपर फार्मर फील लैनी है ਤਾਂ ਤਾਂ ਕਹਿੰਦੀ ਹਾਂ ਵੀ ਇੱਡਾ ਤਾਂ ਹੈ ਵੀ ਨਹੀਂ ਜਿਹੜਾ ਤੇਰੇ ਫੀਲਿੰਗ ਚੱਕ ਲਈ ਮੈਂ ਹੁਣ ਅੱਕ ਚੁੱਕਿਆ ਜ਼ਿੰਦਗੀ 'ਚ ਹੁਣ ਮੈਂ ਟੋਕਰਾ ਲੈਣਾ ਮੱਝਾਂ ਲੈਣੀਆਂ ਨੇ ਥੋੜ੍ਹੀਆਂ ਦੀਆਂ ਆਹੀ ਖੇਤ ਚੱਕ ਕੇ ਰਹਿਣਾ ਮੈਂ ਕੰਮ ਨਿਬੇੜੋ ਬਸ ਬਸ ਠੀਕ ਇਹਨੂੰ ਇਹ ਖਾਧਾ ਜਾ ਰਿਹਾ ਕਿ ਛਿੱਲਿਆ ਜਾ ਰਿਹਾ ਕੀ ਕਰ ਰਹੀਆਂ ਛਿੱਲਿਆ ਜਾ ਰਿਹਾ ਇਹ ਕਿਹੜਾ ਵੇ ਆ ਛਿੱਲਣ ਦਾ ਬਸ ਹੈਗਾ ਐਵੇਂ ਬਸ ਮੈਨੂੰ ਲੱਗਦਾ ਉਹਨਾਂ ਕੁ ਪਿਆਜ਼ ਕਾਫੀ ਸੀ ਕਿਹੜਾ ਜ਼ਿਆਦਾ ਉਹ ਤਾਂ ਉਹ ਆਪਾਂ ਉਹ ਵੈਸੇ ਜਿਹੜਾ ਜਿਹਨੂੰ ਇਹ ਵਾਲਾ ਪਿਆਜ਼ ਹੁੰਦਾ ਨਾ ਇਹ ਹਰਿਆ ਗ੍ਰੀਨ ਗ੍ਰੀਨ ਜਿਹਾ ਇਹ ਆਪਾਂ ਕੜੀ ਲਈ ਵੀ ਯੂਜ਼ ਕਰਦੇ ਹਾਂ ਕੜੀ 'ਚ ਸਭ ਤੋਂ ਬੈਸਟ ਮੰਨਿਆ ਜਾਂਦਾ ਇਹ ਕੜੀ 'ਚ ਮੇਰੇ ਹੱਥ ਦੀ ਕੜੀ ਖਵਾਉਂਗਾ ਤੈਨੂੰ ਜਦੋਂ ਘਰ ਗਏ ਚੱਲ ਮੈਂ ਐਵੇਂ ਕੋਟੀ ਪਾਇਆ ਅੱਜ ਮੈਨੂੰ ਹੁਣ ਗਰਮੀ ਆ ਰਹੀ ਹੈ ਕੱਢ ਕੇ ਰੱਖ ਦੇ ਫਿਰ ਕੱਢ ਕੇ ਮੋਢੇ 'ਤੇ ਰੱਖ ਲਾ ਜਿਵੇਂ ਪਹਿਲਾਂ ਹੁਰਖੇ ਦੀ ਪਿਆਜ਼ ਰੱਖਣੀ ਪੈਣੀ ਆ ਹੁਣ ਕਿੰਨੀ ਸੋਹਣੀ ਲਾਈਫ ਆ ਇਹ ਅਸੀਂ ਕਿਉਂ ਫਸੇ ਫਿਰਦੇ ਹਾਂ ਇੱਧਰ ਉੱਧਰ ਆਜ਼ਾਦ ਇੰਨਾ ਫੜ ਲਿਖ ਕੇ ਵੀ ਇੰਨਾ ਚ ਅਜੀਬ ਜਿਹਾ ਨਾ ਹੋਇਆ ਹੈ ਨਾ ਮਤਲਬ ਸਕੂਨ ਜਿਹਾ ਨਹੀਂ ਹੈਗਾ ਸੈਟੀਸਫੈਕਸ਼ਨ ਜਿਹੜੀ ਪੁਰਾਣੇ ਲੋਕਾਂ 'ਚ ਨਾ ਸੈਟੀਸਫੈਕਸ਼ਨ ਤਾਂ ਹੀ ਸੀਗੀ ਸਹੀ ਗੱਲ ਉਹਨਾਂ ਦਾ ਇੱਕ ਆਪਣਾ ਸਾਰਾ ਦਿਨ ਆਪਣਾ ਖੇਤ ਹਾਂ ਸਜਾਈ ਜਾਂਦੇ ਸੀ ਆਪਣੇ ਹੀ ਉਹਨਾਂ ਦੀ ਮਿਹਨਤ ਹੀ ਉਹਦੇ ਵਿੱਚ ਹੀ ਉਹਦਾ ਸਾਰਾ ਉਹਨਾਂ ਦਾ ਖਾਣ ਪੀਣ ਹਾਲਾਂਕਿ ਐਜੂਕੇਸ਼ਨ ਨਾਲ ਡਿਵੈਲਪਮੈਂਟ ਵੀ ਆਈ ਹੈ ਖੇਤੀ ਕਰਦੇ ਹਾਂ ਸਾਡੇ ਸਰੋਂ ਦਾ ਤੇਲ ਵੀ ਘਰ ਦਾ ਹੁੰਦਾ ਸਾਡੀ ਮਿਰਚ ਵੀ ਸਾਡੇ ਹਲਦੀ ਵੀ ਹੈ ਨਾ ਬਸ ਮੇਨ ਮੇਨ ਜਿਹੀਆਂ ਚੀਜ਼ਾਂ ਹੈ ਜਿੱਦਾਂ ਤੇਲ ਅਤੇ ਚਾਹ ਪੱਤੀ ਨਮਕ ਮਿਰਚ ਵੀ ਘਰ ਦੀ ਹਲਦੀ ਵੀ ਘਰ ਦੀ ਸਰੋਂ ਦਾ ਤੇਲ ਵੀ ਘਰ ਦਾ ਕਣਕ ਚਾਵਲ ਸਭ ਕੁਛ ਸਾਡੇ ਘਰ ਦਾ ਹੀ ਹੁੰਦਾ ਬਸ ਫਿਰ ਜਾਣੂ ਤੂੰ ਖੇਤੀ ਸ਼ੁਰੂ ਕਰ ਲੈਣਾ ਫਿਰ ਮੈਂ ਲੱਗ ਜੂੰਗਾ ਬਹੁਤ ਜ਼ਿਆਦਾ ਮਤਲਬ ਮਾਰਕੀਟ 'ਚੋਂ ਵੀ ਬਹੁਤ ਘੱਟ ਅਸੀਂ ਸਬਜ਼ੀਆਂ ਖਰੀਦਦੇ ਹਾਂ ਹੁਣ ਆਪਣੇ ਇੱਥੇ ਕੀ ਕਰਨਾ ਆਪਾਂ ਨੇ ਤਾਂ ਪਿਆਜ਼ ਲੈਣਾ ਆ ਤਾਂ ਫੁੱਲ ਵੀ ਲੱਗੇ ਹੋਏ ਆ ਪਿਆਜ਼ 'ਤੇ ਇਹ ਆਪਾਂ ਜਾਣੂ ਇਹ ਦੂਜਾ ਬਣ ਗਿਆ ਕੀ ਬਣੂਗਾ ਇਹ ਬੀ ਆ ਆਹ ਵਾਲਾ ਜਿਹੜਾ ਇਹਦਾ ਹੈ ਨਾ ਫਲਾਰ ਇਹ 'ਚੋਂ ਬੀ ਨਿਕਲ ਕੇ ਇਹਦੀ ਪਨੀਰੀ ਬਣ ਜਾਂਦੀ ਹੈ ਅੱਛਾ ਤੈਨੂੰ ਲੱਗਦਾ ਇਹ ਕੀ ਹਿਸਾਬ ਦਾ ਹੋਇਆ ਪਿਆਜ਼ ਇਹ ਆਹ ਵੱਡਾ ਵਾਲਾ ਚੱਕ ਲਾ ਵਿੱਚੋਂ ਬਸ ਆਹ ਫਲਾਰ ਵੀ ਕੱਟਾਂਗੇ ਫਿਰ ਬਾਅਦ ਵਿੱਚ
ਬਹੁਤ ਆ ਹੂੰ ਕਾਫੀ ਹੈ ਚਲੋ ਆਪਣੇ 3 ਵਜੇ ਯੂਨੀਫਾਰਮ ਦੇਣ ਵੀ ਜਾਣਾ ਕੰਮ ਕਾਫੀ ਪਿਆ ਆਲ ਰਾਊਂਡਰ ਕੰਮ ਨੇ ਨਾ ਤੇਰੇ ਵੀ ਕਾਹਦੇ ਰੰਗ ਤੁਰਦੇ ਤੁਰਦੇ ਵੀ ਮੈਂ ਕਿਹਾ ਵੀ ਟਾਈਮ ਵੇਸਟ ਕਿਉਂ ਕਰਨਾ ਜਾਨੂੰ ਆ ਕੀ ਹੈ ਇਹ ਉਹ ਨੇ ਨਾ ਜਿਹੜੇ ਆਪਾਂ ਸਬਜ਼ੀ ਬਣਾਉਣੇ ਨੇ ਮੂੰਗਰੇ ਮੈਨੂੰ ਇੱਕ ਗੱਲ ਨਹੀਂ ਸਮਝ ਲੱਗ ਮੂੰਗਰੇ ਨਹੀਂਗੇ ਮੂੰਗਰੇ ਤਾਂ ਮੂਲੀ ਤੋਂ ਲੱਗਦੇ ਆ ਮੂੰਗਰੇ ਆ ਦੇਖ ਸਰੋਂ ਐ ਸਰੋਂ ਦਾ ਤੇਲ ਬਣੂਗਾ ਇਹ ਤੋਂ ਜਿਹੜੀ ਆ ਵਾਲਾ ਜਾਨੂੰ ਆਹ ਵਾਲਾ ਹੈ ਨਾ ਇੱਧਰ ਹਾਂ ਇਹ ਤੋਂ ਇਦਾਂ ਵੀ ਬਣ ਜਾਣਗੇ ਫਿਰੇ ਸੁੱਕ ਜਾਣਗੇ ਫਿਰੇ ਇਹਦੇ ਬਣ ਚੁੱਕੇ ਨੇ ਫਿਰ ਸੀਜ਼ਨ ਤਾਂ ਇਹਨਾਂ ਦੋਨਾਂ ਦਾ ਸੇਮ ਹੀ ਹੈ ਤੇ ਪਹਿਲਾਂ ਕਿੰਨੇ ਬਣ ਗਏ 12 ਦਿਨਾਂ ਦੀ ਫਰਕ ਹੈ ਬਣ ਲੱਗ ਗਈ ਵਸੇ ਵੀ ਅੱਛਾ ਇਹਦੇ ਫੁੱਲ ਝੜ ਕੇ ਦਾ ਹੋ ਬਣ ਜੂ ਹਨਾ ਦੇਖ ਜੇ ਆਪਾਂ ਮੂਲੀ ਦੇ ਉਹਨੂੰ ਮੂੰਗਰੇ ਕਹਿੰਦੇ ਆ ਤਾਂ ਫਿਰ ਆਪਾਂ ਸ਼ਲਗਮ ਦੇ ਉਹਨੂੰ ਸੂੰਗਰੇ ਕਹਿੰਦੇ ਆ ਸੂੰਗਰੇ ਹੁੰਦੇ ਆ ਰੀਅਲ ਦੇ ਵਿੱਚ ਸੱਚੀ ਉਹਨਾਂ ਨੂੰ ਸੂੰਗਰੇ ਕਹਿੰਦੇ ਆ ਮੇਰੇ ਤਾਂ ਮਾਈਂਡ 'ਚ ਲੌਜੀਕ ਆਇਆ ਸੀ ਸੂੰਗਰੇ ਥੋੜੇ ਲੰਬੇ ਹੁੰਦੇ ਆ ਵੈਸੇ ਇਕੱਲੇ ਮੂੰਗਰੇ ਵੀ ਹੁੰਦੇ ਆ ਸੂੰਗਰੇ ਦੀ ਸਬਜ਼ੀ ਬਣਦੀ ਹੈ ਫਿਰ ਮੈਨੂੰ ਖਵਾਈ ਮੈਂ ਨਹੀਂ ਖਾਦੀ ਮੈਂ ਓਨਲੀ ਮੂੰਗਰੇ ਖਾਦੇ ਆ ਨਹੀਂ ਇਹ ਛੁਰੀ ਮੈਨੂੰ ਕਾਹਦੇ ਲਈ ਫੜਾਈ ਸੀ ਫਿਰ ਇਹਦਾ ਕੁਛ ਕਰਿਆ ਤਾਂ ਹੈ ਨਹੀਂ ਇਹ ਪਹਿਲਾਂ ਪਿਆਜ਼ ਨਹੀਂ ਕੱਟ ਕੇ ਲੈ ਕੇ ਆਉਣਾ ਸੀਗਾ ਫਿਰ ਆਪਾਂ ਨੂੰ ਕਿਹੜਾ ਟਾਇਆ ਮਿਲ ਗਿਆ ਆਪਾਂ ਉੱਤੇ ਹੀ ਕੱਟ ਲਿਆ ਦੋ ਨਾਲ ਬਣ ਜੂ ਕਿਉਂ ਚਾਰ ਆ ਦੇਖ ਬਣਾਉਣਾ ਕਿੱਥੇ ਆ ਅੰਦਰ ਮੈਂ ਕਰਕੇ ਦੇਖਾ ਫੂਕ ਦਾ ਤੇਰੇ ਚਾਪ ਨਹੀਂ ਹੈਗੀ ਗੰਦੀ ਕੁੱਤਾ ਤੇ ਮੈਂ ਜਿਵੇਂ ਤੂੰ ਬਹੁਤ ਵੱਡੀ ਪਹਿਲਵਾਨ ਆ ਨਾ ਦੇਖ ਜਾਂਦੇ ਤੇਰੀ ਫੂਕ ਦਿਖਦੀ ਹੁਣ ਘੰਟਾ ਹੋ ਗਿਆ ਤੈਨੂੰ ਮਾਰਦੀ ਨੂੰ ਮੇਰੇ 'ਚ ਤਾਂ ਚੱਲ ਨਹੀਂ ਹੈਗੀ ਜਿਹੜੇ ਤੇਰੇ 'ਚ ਇਹ ਕਿਹੜਾ ਤਰੀਕਾ ਹੈ ਮੈਨੂੰ ਲੱਗਦਾ ਅਜੇ ਆਇਲ ਤਾਂ ਠੰਡਾ ਸੀ ਐਵੇਂ ਹੀ ਮਾਰਿਆ ਵਿੱਚ ਵਧੀਆ ਜੁਗਾੜ ਆ ਉੱਚੀ ਕੀ ਪਤਾ ਤੇ ਵਿੱਚ ਲੈ ਧਿਆਨ ਦੇ ਦੇਸੀ ਜੁਗਾੜ ਇੱਟਾਂ ਵਾਲਾ ਪਿਆਜ਼ ਦਾ ਹੀ ਹੈ ਵੈਸੇ ਇਹ ਵਾਲਾ ਉਹ ਖਾਂਦੇ ਨਹੀਂ ਹੁੰਦੇ ਕਹਿੰਦੇ
ਕਿੱਥੋਂ ਪਾ ਦੇ ਅੰਦਰੋਂ ਲਿਆ ਕੇ ਸਪੇਸ ਹੁਣ ਪਵਨਪ੍ਰੀਤ ਕੌਰ ਨੇ ਲੱਭ ਲਈ ਹੁਣ ਦੇਖੋ ਮੈਗੀ ਦਾ ਜੀਵਨ ਮੈਗੀ ਦਾ ਜਲੂਸ ਲਿਖ ਇਹ ਹਲਦੀ ਪਾਉਣਗੇ ਹੁਣ ਉਹਦੇ ਕੱਪੜਾ ਪਿਆ ਤੂੰ ਪਾਗਲ ਫਿਰ ਕਰਸੀ ਕਿੱਥੇ ਗਈ ਆਪਣੀ ਕਰਸੀ ਕੋਈ ਉਹਦੇ ਪਈ ਕਰਸੀ ਦਿਮਾਗ ਮੈਨੂੰ ਤਾਂ ਲੱਗਦਾ ਜਾਊ ਦੇਸ਼ ਕੀ ਉੱਨੀ ਬਚਦੀ ਚੱਲ ਹਾਂ ਮੇਰੇ ਇਹਨੇ ਹੀ ਬਣਾਈ ਹੈ ਇਹਨੇ ਹੀ ਬਣਾਈ ਹੈ ਮੈਨੂੰ ਤਾਂ ਕੁਛ ਨਹੀਂ ਕੀਤਾ ਇਹੀ ਕਰਦੀ ਹੈ ਜਿਹੜਾ ਵੀ ਕੁਛ ਕਰਦੀ ਹੈ ਬਣਨ ਵਾਲੀ ਹੈ ਬਸ ਇਹ ਤੇ ਸਾਡਾ ਫਾਈਨਲੀ ਇੱਟਾਂ ਦਾ ਬਣਿਆ ਹੋਇਆ ਚੁੱਲ੍ਹਾ ਇਹ ਹੈ ਪਵਨਪ੍ਰੀਤ ਕੌਰ ਜਿਹਨੇ ਸਾਰੀ ਮੈਗੀ ਬਣਾਈ ਹੈ ਜਿਹਨੇ ਸਾਰੀ ਮੈਗੀ ਬਣਾਈ ਹੈ ਮੈਂ ਉਹ ਪਵਨ ਓ ਦੇਖਿਆ ਅੱਜ ਕੱਲ੍ਹ ਚਬਾਨਾ ਚਲਾਕਦਾ ਹੈ ਓ ਨੂਣ ਦੇਖੀ ਇੱਕ ਵਾਰੀ ਤੂੰ ਨਮਕ ਦੇਖ ਮੈਂ ਤੋਂ ਮੈਂ ਨਹੀਂ ਦੇਖਿਆ ਜਾਂਦਾ ਜਿੱਦਾਂ ਦਾ ਦੇਖ ਨਾ ਚਮਚੇ ਨਾਲ ਦੇਖ ਚਮਚੇ ਨਾਲ ਸ਼ਾਬਾਸ਼ ਫਾਈਨਲੀ ਸਾਡੀ ਮੈਗੀ ਹੋ ਗਈ ਤਿਆਰ ਚਟੋਰੀ ਜਿਹੀ ਕਿੱਦਾਂ ਬਣੀ ਆ ਨਹੀਂ ਆ ਮੈਗੀ ਨਾ ਅੰਬ ਦਾ ਅਚਾਰ ਕੌਣ ਖਾਂਦਾ ਹੁੰਦਾ ਮੈਂ ਖਾਂਦੀ ਨਹੀਂ ਨਵੀਂ ਕੰਮ ਖਾਂਦੀ ਨਹੀਂ ਦੇਖਦੀ ਹਾਂ ਅੱਛਾ ਮੈਨੂੰ ਖਾਂਦੀ ਨਹੀਂ ਕੀ ਦੇਖਣਾ ਟੇਸਟੀ ਬਣੀ ਆ ਵੈਸੇ ਸੱਚੀ ਜਿਵੇਂ ਨਾ ਦੇਸੀ ਜਿਹੇ ਜੁਗਾੜ 'ਚ ਬਣਾਈ ਸੀਗੀ ਅੱਜ ਦਾ ਸਾਰਾ ਡੇ ਐਵੇਂ ਨਿਕਲਿਆ ਅਸੀਂ ਸਕੂਲੋਂ ਆਏ ਸੀਗੇ ਆਲਮੋਸਟ ਅੱਜ 1:30 'ਤੇ ਛੁੱਟੀ ਹੋ ਗਈ ਸੀਗੀ ਐਂਡ ਉਸ ਤੋਂ ਬਾਅਦ ਅਸੀਂ ਚਲੇ ਗਏ ਸੀਗੇ ਖੇਤ ਕਿਉਂਕਿ ਅੱਜ ਮਨ ਕੀਤਾ ਕਿ ਅੱਜ ਖੇਤ ਘੁੰਮ ਕੇ ਆਵਾਂਗੇ ਉੱਥੇ ਜਾ ਕੇ ਭੁੱਖ ਲੱਗ ਗਈ ਸੋ ਉੱਥੇ ਜੁਗਾੜੂ ਮੈਗੀ ਬਣਾਈ ਥੋੜ੍ਹੀ ਦੇਰ ਉੱਥੇ ਰਹੇ ਘੰਟਾ ਕੁ ਐਂਡ ਉਸ ਤੋਂ ਬਾਅਦ ਬਸ ਯੂਨੀਫੋਰਮ ਸਟਿੱਚ ਕਰਨੀ ਦੇਣੀ ਸੀਗੀ ਉਸ ਤੋਂ ਬਾਅਦ ਅਸੀਂ ਇਹ ਜਗ੍ਹਾ ਆ ਗਏ ਸੀ ਮੈਂ ਇਸ ਜਗ੍ਹਾ ਬਾਰੇ ਜ਼ਿਆਦਾ ਨਹੀਂ ਜਾਣਦੀ ਔਰ ਅੱਜ ਅੰਦਰ ਬਹੁਤ ਜ਼ਿਆਦਾ ਇੱਕ ਟਾਈਪ ਨਾਲ ਜ਼ਿਆਦਾ ਲੋਕ ਆਏ ਹੋਏ ਆ ਕਿ ਸਾਡਾ ਟਾਈਮ ਜ਼ਿਆਦਾ ਚਲਿਆ ਜਾਣਾ ਸੀਗਾ ਇੱਥੇ ਕਿਸੇ ਦਿਨ ਦੁਬਾਰਾ ਆਵਾਂਗੇ ਇਹ ਜਗ੍ਹਾ ਬਾਰੇ ਜਾਣਾਂਗੇ ਕਿਉਂਕਿ ਇੱਥੇ ਹਿਸਟੋਰੀਕਲ ਪਲੇਸ ਜੀ ਲੱਗ ਰਹੀ ਹੈ ਮੈਨੂੰ ਬਹੁਤ ਸੋਹਣਾ ਉਹ ਜਿਹੜਾ ਬਣਿਆ ਹੋਇਆ ਪਿੱਛੇ ਇਸ਼ਨਾਨ ਘਰ ਜਿਹਾ ਮੈਨੂੰ ਹਾਲਾਂਕਿ ਸ਼ੋਰ ਵੀ ਨਹੀਂ ਕਿ ਉਹ ਇਸ਼ਨਾਨ ਘਰ ਹੀ ਹੈ ਕਿੱਦਾਂ ਉਹ ਕਿਹੜੀ ਚੀਜ਼ ਕਿੱਦਾਂ ਬਣਾਈ ਗਈ ਹੈ ਕੁਛ ਵੀ ਇਹਦੇ ਬਾਰੇ ਨਹੀਂ ਪਤਾ ਚੱਲ ਸਕਿਆ ਅੱਜ ਕਿਉਂਕਿ ਇੱਥੇ ਕੋਈ ਦੱਸਣ ਵਾਲਾ ਵੀ ਨਹੀਂ ਹੈਗਾ ਸੋ ਪਹਿਲਾਂ ਸਰਚ ਕਰਕੇ ਅੱਛੀ ਤਰ੍ਹਾਂ ਘੋਖ ਪੜਤਾਲ ਕਰਾਂਗੇ ਜਗ੍ਹਾ ਬਾਰੇ ਜਾਣਾਂਗੇ ਸੋ ਅੱਜ ਦਾ ਡੇ ਬਸ ਇੰਨਾ ਕੀ ਸੀ ਅੱਜ ਦਾ ਵਲੋਗ ਕਿ ਅੱਜ ਖੇਤ ਗਏ ਸੀਗੇ ਯੂਨੀਫੋਰਮ ਸਟਿੱਚ ਕਰਨੀ ਦਿੱਤੀ ਆ ਉੱਥੇ ਤਾਂ ਸ਼ੂਟ ਹੀ ਨਹੀਂ ਕਰ ਪਾਏ ਸੋ ਉਸ ਤੋਂ ਬਾਅਦ ਆ ਕੇ ਬਸ ਇੱਥੇ ਥੋੜ੍ਹਾ ਬਹੁਤ ਟਾਈਮ ਸਪੈਂਡ ਕੀਤਾ ਹੈ ਕਿਉਂਕਿ ਅੱਜ ਫਸਟ ਟਾਈਮ ਹੋਇਆ ਕਿ ਖੁੱਲ੍ਹਾ ਜਿਹਾ ਟਾਈਮ ਮਿਲ ਗਿਆ ਸੀਗਾ ਅੱਜ ਵੀ ਬਸ ਹੁਣ ਘਰ ਜਾ ਕੇ ਉਸ ਤੋਂ ਪਹਿਲਾਂ ਟਿਊਸ਼ਨ ਵੀ ਜਾਣਾ ਹੈ ਸੋ ਅੱਜ ਦਾ ਵਲੋਗ ਇੱਥੇ ਤੱਕ ਹੀ ਸੀਗਾ ਦੈਟਸ ਇਟ ਫੋਰ ਟੂਡੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗ ਰਹੀ ਹੈ ਸੋ ਲਾਈਕ ਕਰਨਾ ਕਮੈਂਟ ਕਰਨਾ ਐਂਡ ਜੇ ਜ਼ਿਆਦਾ ਵਧੀਆ ਲੱਗੀ ਤਾਂ ਸ਼ੇਅਰ ਵੀ ਕਰ ਦੇਣਾ ਦੈਟਸ ਇਟ ਫੋਰ ਟੂਡੇ ਸੋ ਬਾਏ ਬਾਏ ਸਟੇ ਹੈਪੀ ਐਂਡ ਸਟੇ ਹੈਲਦੀ ਬਾਏ